ਸਾਡੇ ਪੰਜਾਬ ਦੀ ਆਣ ਬਾਣ ਸ਼ਾਨ ਹੈ ਪੰਜਾਬ ਯੂਨੀਵਰਸਿਟੀ ਸਾਡੀ ਪੰਜਾਬ ਦੀ ਚੀਜ਼ ਉੱਤੇ ਇਹਨਾਂ ਦੀ ਅੱਖ ਰੱਖਣ ਦੀ ਜ਼ਰੂਰਤ ਹੀ ਕਿਵੇਂ ਪਈ ਇਹੀ ਤਾਂ ਸਾਡੇ ਕੋਲ ਚੀਜ਼ ਰਹਿ ਗਈ ਚੰਡੀਗੜ੍ਹ ਦੇ ਵਿੱਚ ਜਿਹੜੀ ਸਾਡੀ ਹੈ ਬਾਕੀ ਤਾਂ ਨੌਕਰੀ ਨਾਲ ਸਾਨੂੰ ਛੱਡੀਆਂ ਨਹੀਂ ਹੋਰ ਕੁਛ ਤਾਂ ਸਾਨੂੰ ਛੱਡਿਆ ਹੀ ਨਹੀਂ ਪਾਣੀ ਹੈ ਸਾਡੇ ਤੋਂ ਉਹ ਖੋਲੇ ਸਭ ਕੁਝ ਖੋਲਿਆ ਇੱਥੇ ਨਾ ਅੱਖ ਰੱਖਣ ਇੱਥੇ ਮੈਨੂੰ ਨਹੀਂ ਲੱਗਦਾ ਵੀ ਕੋਈ ਆਪਣਾ ਸਿਆਸੀ ਝੰਡਾ ਲੈ ਕੇ ਆਉਣਾ ਜਾਂ ਕੋਈ ਆਪਣਾ ਕਿਸੇ ਵੀ ਤਰੀਕੇ ਦਾ ਦਿਖਾਉਣਾ ਵੀ ਮੈਂ ਕਿੱਥੋਂ ਆ ਉਹ ਗਲਤ ਹੈ ਕਿਉਂਕਿ ਅੰਦਰ ਵੜ ਕੇ ਸਾਰੇ ਦੇ ਸਾਰੇ ਸਟੂਡੈਂਟ ਬਣ ਜਾਂਦੇ ਆ ਅਸੀਂ ਇੱਥੋਂ ਹੀ ਪਾਸ ਆਊਟ ਬੱਚੇ ਆ ਸਾਰੇ ਤੇ ਇੱਥੇ ਪੰਜਾਬ ਲਈ ਪੰਜਾਬੀਅਤ ਲਈ ਤੇ ਆਪਣੀ ਵਿਰਾਸਤ ਨੂੰ ਬਚਾਉਣ ਲਈ ਸਾਰੇ ਆਏ ਹੋਏ ਨੇ ਕਿਉਂਕਿ ਇੱਥੋਂ ਹੀ ਲੋਕਤੰਤਰਿਕ ਢਾਂਚਾ ਸਾਡਾ ਯੂਨੀਵਰਸਿਟੀ ਤੋਂ ਸਟਾਰਟ ਹੁੰਦਾ ਇੱਥੋਂ ਹੀ ਉਹ ਸੈਨੇਟ ਚੁਣਦੇ ਆ ਪ੍ਰਧਾਨ ਬਣਨਾ ਸਿੱਖਦੇ ਆ ਇੱਥੋਂ ਹੀ ਜਿਹੜੇ ਸਾਡੇ ਨੌਜਵਾਨ ਆ ਮੁੜ ਕੇ ਮੇਨ ਸਿਆਸਤ 'ਚ ਜਾਂਦੇ ਨੇ ਸੋ ਜਿਹੜਾ ਇਹ ਕੇਂਦਰ ਦਾ ਕੇਂਦਰੀਕਰਨ ਤਰੀਕਾ ਹੀ ਇਹ ਆ ਵੀ ਪਹਿਲਾਂ ਤਾਂ ਲੀਡਰਸ਼ਿਪ ਖਤਮ ਕੀਤੀ ਜਾਵੇ ਲੋਕਤੰਤਰ ਜਦੋਂ ਜਦੋਂ ਦੇਸ਼ ਦੀ ਖਤਮ ਕਰ ਰਹੇ ਓਬਵੀਅਸਲੀ ਯੂਨੀਵਰਸਿਟੀ ਦੀ ਲੋਕ ਡੈਮੋਕ੍ਰੇਸੀ ਬਣੀ ਵੀ ਧਿਆਨ ਆ ਸੋ ਇਹ ਜਿਹੜੇ ਮਨਸੂਬੇ ਨੇ ਮੋਦੀ ਦੇ ਇਹ ਬਿਲਕੁਲ ਗਲਤ ਨੇ ਪੈਰਾਂ ਥੱਲੋਂ ਅਸੀਂ ਜ਼ਮੀਨ ਕੱਢ ਦਾਂਗੇ ਜਿਵੇਂ ਦਿੱਲੀ 'ਚ ਕਿਸਾਨਾਂ ਨੇ ਕੱਢੀ ਆ ਕਿਸਾਨੀ ਨੇ ਕੱਢੀ ਹੈ ਕੱਢੂ ਜਵਾਨੀ ਵੀ ਉੱਥੇ ਵੀ ਜਵਾਨੀ ਸੀ ਨਾ ਤੁਸੀਂ ਸਾਨੂੰ ਖੇਤਾਂ 'ਚ ਰਹਿਣ ਦਿੰਦੇ ਹੋ ਨਾ ਤੁਸੀਂ ਸਾਨੂੰ ਕਲਾਸਰੂਮਾਂ 'ਚ ਰਹਿਣ ਦਿੰਦੇ ਨਾ ਯੂਨੀਵਰਸਿਟੀ 'ਚ ਰਹਿਣ ਦਿੰਦੇ ਹੋ ਕਿਸ ਕਿਸ ਚੀਜ਼ 'ਤੇ ਡਾਕਾ ਮਾਰਨਗੇ ਨਾ ਤਾਂ ਸਾਡੀ ਕਾਂਗਰਸ ਸਕੀ ਹੋਈ ਕਦੇ ਨਾ ਇਹ ਮੋਦੀ ਸਰਕਾਰ ਸਕੀ ਹੋ ਸਕਦੀ ਆ ਇਹ ਤਾਂ ਸਾਡਾ ਆਪਣਾ ਹੀ ਬੰਦਾ ਜਿਹੜਾ ਮੁੱਖ ਮੰਤਰੀ ਆ ਉਹ ਦਮਖਮ ਵਾਲਾ ਅੜਨ ਵਾਲਾ ਖੜਨ ਵਾਲਾ ਅਤੇ ਸਾਫ ਨੀਤ ਵਾਲਾ ਚਾਹੀਦਾ ਜਿਹੜਾ ਸ਼ੁਰੂ ਤੋਂ ਹੀ ਯੂਨੀਵਰਸਿਟੀ ਦੇ ਹੱਕਾਂ ਲਈ ਲੜਦਾ ਰਿਹਾ ਹੋਵੇ ਕਿਉਂਕਿ ਲੋਕਾਂ ਨੇ ਕਰੋੜਾਂ ਵੋਟਾਂ ਪਾ ਕੇ ਇਹਨਾਂ ਨੇ MLA ਬਣਾ ਕੇ ਇੱਕ ਮੁੱਖ ਮੰਤਰੀ ਬਣਦਾ ਜਦੋਂ ਮੁੱਖ ਮੰਤਰੀ ਨਾ ਸਟੈਂਡ ਲਵੇ ਕਿਸੇ ਵੀ ਤਰੀਕੇ ਉਹੀ ਇੱਕ ਪੱਤਰ ਦੇਣ ਵਿੱਚ ਲੇਟ ਹੋ ਜਾਵੇ ਫਿਰ ਫਾਇਦਾ ਕੀ ਹੈ ਅੱਜ ਜੇ ਕਿਤੇ ਸਾਡੇ ਨੁਮਾਇੰਦੇ ਤਕੜੇ ਹੁੰਦੇ ਜਿਨ੍ਹਾਂ ਨੂੰ ਲੋਕ ਚੁਣਦੇ ਆ ਤਾਂ ਆਹ ਦਿਨ ਦੇਖਣੇ ਹੀ ਨਹੀਂ ਪੈਣੇ ਸੀ ਦੇਖੋ ਦੇਖੋ 47 'ਚ ਪਹਿਲਾਂ ਯੂਨੀਵਰਸਿਟੀ ਡਿਵਾਈਡ ਹੋਈ 66 'ਚ ਵੰਡੀ ਗਈ ਇਹ ਜਿਹੜਾ ਸਿਸਟਮ ਆ ਨਾ ਇਹ ਜੇ ਸਾਡੇ ਜਿਹੜੇ ਨੁਮਾਇੰਦੇ ਅਸੀਂ ਚੁਣਦੇ ਹਾਂ ਜਿਹੜੇ ਸਾਡੇ ਚੀਫ ਮਿਨਿਸਟਰ ਆ ਜੇ ਉਹ ਅਵੇਅਰ ਹੋਵੇ ਉਹਦੇ 'ਚ ਹੋਵੇ ਵੀ ਮੈਂ ਸਾਡੇ ਪੰਜਾਬ ਦੇ ਹੱਕ ਮਰਨ ਨਹੀਂ ਦੇਣੇ 60-40 ਦੀਆਂ ਗੱਲਾਂ ਕਰਦੇ ਕਿੱਥੇ 60% ਬੰਦੇ ਸਾਡੇ ਦੇਖਦੇ ਆ ਅੱਜ ਜੇ ਇੱਥੇ ਅੱਜ ਇਹ ਆਪਣਾ ਵਾਈਸ ਚਾਂਸਲਰ ਨੋਮੀਨੇਟ ਕਰਨਗੇ ਸੈਨੇਟ ਵੀ ਨੋਮੀਨੇਟ ਕਰਨੀ ਆ ਫਿਰ ਕੱਲ੍ਹ ਨੂੰ ਮਰਜ਼ੀ ਨਾਲ ਪ੍ਰਿੰਸੀਪਲ ਵੀ ਨੋਮੀਨੇਟ ਕਰਨਗੇ ਪੰਜਾਬੀਅਤ ਪੰਜਾਬੀ ਤਾਂ ਹੁਣੀ ਨਹੀਂ ਕਿਤੇ ਵਿਖਦੀ ਘਰਾਂ ਬਾਹਰ ਇਹਨਾਂ ਦੇ ਦੂਜੀਆਂ ਪਾਰਟੀਆਂ ਦੇ ਝੰਡੇ ਲੱਗੇ ਆ ਇੱਕ ਪੋਲੀਟੀਕਲ ਬੰਦਾ ਕਿਵੇਂ ਕਿਤੋਂ ਦਾ ਵਾਈਸ ਚਾਂਸਲਰ ਹੋ ਸਕਦਾ ਜਿਹਨੂੰ ਨਾ ਸਾਡੀ ਵਿਰਾਸਤ ਪਤਾ ਨਾ ਭਾਸ਼ਾ ਪਤਾ ਨਾ ਲੈਣਾ ਨਾ ਦੇਣਾ ਕਦੋਂ ਦੇ ਸਾਡੇ ਬੱਚੇ ਯੂਨੀਵਰਸਿਟੀ ਨੂੰ ਚਲਾ ਰਹੇ ਅਸੀਂ ਪੰਜਾਬੀ ਫੀਸਾਂ ਭਰਦੇ ਹਾਂ ਸਾਡੀ ਪੰਜਾਬ ਦੀ ਚੀਜ਼ ਉੱਤੇ ਇਹਨਾਂ ਦੀ ਅੱਖ ਰੱਖਣ ਦੀ ਜ਼ਰੂਰਤ ਹੀ ਕਿਵੇਂ ਪਈ ਇਹ ਬਰਦਾਸ਼ਤ ਕਰਨ ਲਾਇਕ ਹੀ ਨਹੀਂ ਆ ਕਿਉਂਕਿ ਸਾਡੇ ਪੰਜਾਬ ਦੀ ਆਣ ਬਾਣ ਸ਼ਾਨ ਹੈ ਪੰਜਾਬ ਯੂਨੀਵਰਸਿਟੀ ਸ਼ੁਰੂ ਤੋਂ ਬੱਚੇ ਇੱਥੋਂ ਪੜ੍ਹ ਕੇ ਕੋਈ ਕਿਸੇ ਫੀਲਡ 'ਚ ਮਾਹਰ ਹੁੰਦਾ ਕੋਈ ਕਿਸੇ ਫੀਲਡ 'ਚ ਮਾਹਰ ਹੁੰਦਾ ਇਹੀ ਤਾਂ ਸਾਡੇ ਕੋਲ ਚੀਜ਼ ਰਹਿ ਗਈ ਚੰਡੀਗੜ੍ਹ ਦੇ ਵਿੱਚ ਜਿਹੜੀ ਸਾਡੀ ਹੈ ਬਾਕੀ ਤਾਂ ਨੌਕਰੀ ਨਾਲ ਸਾਨੂੰ ਛੱਡੀਆਂ ਨਹੀਂ ਹੋਰ ਕੁਛ ਤਾਂ ਸਾਨੂੰ ਛੱਡਿਆ ਹੀ ਨਹੀਂ ਪਾਣੀ ਹੈ ਸਾਡੇ ਤੋਂ ਉਹ ਖੋਲੇ ਸਭ ਕੁਛ ਖੋਲਿਆ ਇੱਥੇ ਨਾ ਅੱਖ ਰੱਖਣ